ਤਾਂ ਉਹ ਚਾਹੀਦਾ ਜਿਹੜਾ ਕੁਰਸੀ ਮਗਰ ਨਾ ਜਾਵੇ ਕੁਰਸੀ ਉਹਨੂੰ ਫਸਟ ਆਫ ਆਲ ਨਮਸਕਾਰ ਸਾਰਿਆਂ ਨੂੰ ਮੈਂ ਹਮੇਸ਼ਾ ਜਦੋਂ ਵੀ ਮੋਗੇ ਆਉਂਦਾ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋ ਸਕੇ ਬੜਾ ਇੰਪੋਰਟੈਂਟ ਯੂ ਨੋ ਇੱਕ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਬਣਿਆ ਔਰ ਅੱਜ ਜਦੋਂ ਅੱਜ ਸਾਰੇ ਵਾਪਸ ਆਏ ਅਤੇ ਹਲਚਲ ਤਾਂ ਤੁਸੀਂ ਦੇਖਦੇ ਹੀ ਹੋ ਤੁਸੀਂ ਆਪ ਹੀ ਕਹਿ ਰਹੇ ਹੋ ਬਟ ਮੈਂ ਆਪਣੀ ਸਿਸਟਰ ਨਾਲ ਵੀ ਗੱਲ ਕਰ ਰਿਹਾ ਸੀ ਕਿ ਮਾਲਵਿਕਾ ਨਾਲ ਬੜੇ ਉਹਨੇ ਪਿਛਲੇ ਟਾਈਮ 'ਚ ਕੰਮ ਵੀ ਬੜੇ ਕਮਾਲ ਦੇ ਕੀਤੇ ਅਤੇ ਹੁਣ ਮੈਂ ਅੱਜ ਅਸੀਂ ਆਫਿਸ਼ੀਅਲੀ ਜ਼ਰੂਰ ਕਹਿਣਾ ਚਾਹਾਂਗੇ ਕਿ ਮਾਲਵਿਕਾ ਜ਼ਰੂਰ ਆਏਗੀ ਪੰਜਾਬ ਦੀ ਸੇਵਾ ਲਈ ਔਰ ਕੋਸ਼ਿਸ਼ ਕਰੂਗੀ ਕਿ ਜਿਹੜੀ ਤੁਸੀਂ ਉਹਨਾਂ 'ਤੇ ਵਿਸ਼ਵਾਸ ਦਿੱਤਾ ਕਿ ਸਾਰੇ ਜਣੇ ਮਿਲ ਕੇ ਜਿੰਨਾ ਪਿਆਰ ਉਹਨੇ ਦਿੱਤਾ ਅਤੇ ਉਹ ਚਾਹੁੰਦੀ ਹੈ ਕਿ ਹੁਣ ਉਹ ਵਾਪਸ ਸੁਸਾਇਟੀ ਨੂੰ ਦੇਵੇ ਔਰ ਖੂਬ ਮਿਹਨਤ ਕਰੇ ਤਾਂ ਕਿ ਇਹ ਪੰਜਾਬ ਨੂੰ ਜਿਹਦੇ ਹੋਰ ਹੱਥ ਮਿਲ ਸਕੇ ਚੰਗਾ ਕੰਮ ਕਰਨ ਦੀ ਕਿਸ ਪਾਰਟੀ ਦੇ ਨਾਲ ਦੇਖੋ ਮੈਂ ਹਮੇਸ਼ਾ ਇਹ ਕਹਿੰਦਾ ਕਿ ਪਾਰਟੀ ਜਾਂ ਇੰਪੋਰਟੈਂਟ ਨਹੀਂ ਹੈ ਸੋਚ ਅਤੇ ਆਈਡੀਓਲੋਜੀ ਇੰਪੋਰਟੈਂਟ ਹੈ ਅਸੀਂ ਹਜੇ ਉਹ ਕਾਲ ਨਹੀਂ ਲਿੱਤਾ ਕਿ ਮੇਰੇ ਕੀ ਕਿਹੜੀ ਪਾਰਟੀ ਰਹੇਗੀ ਬਟ ਕੋਸ਼ਿਸ਼ ਹੈ ਕਿ ਜਿਹੜੀ ਚੀਜ਼ਾਂ ਲੋਕਾਂ ਨੂੰ ਨਹੀਂ ਮਿਲ ਸਕੇ ਹਮੇਸ਼ਾ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਬੜੇ ਵਾਅਦੇ ਕੀਤੇ ਜਾਂਦੇ ਨੇ ਬੜੇ ਮੈਨੀਫੈਸਟੋਸ ਪਾਸ ਹੁੰਦੇ ਨੇ ਬਚਪਨ ਤੋਂ ਅਸੀਂ ਵੀ ਸੁਣਦੇ ਆਏ ਮੈਂ ਹਮੇਸ਼ਾ ਪਿੱਛੇ ਜਦੋਂ ਵੀਡੀਓ ਵੀ ਜ਼ਾਹਿਰ ਕੀਤਾ ਸੀ ਇਹੀ ਸੀ ਕਿ ਉਹ ਕਿੰਨੇ ਪੂਰੇ ਹੁੰਦੇ ਆ ਫਿਰ ਆਪਾਂ ਇੰਤਜ਼ਾਰ ਕਰਦੇ ਕਿ ਅਗਲੇ 5 ਸਾਲ ਆਉਣਗੇ ਜਦੋਂ ਆਉਣਗੇ ਜਦੋਂ ਮੈਂ ਮਾਲਵਿਕਾ ਨਾਲ ਇਹ ਗੱਲ ਕਰ ਰਹੀ ਮੈਂ ਕਿਹਾ ਇਹ ਇੱਕ ਐਸੀ ਕਮਿਟਮੈਂਟ ਹੈ ਜ਼ਿੰਦਗੀ ਦੀ ਜਿਹੜੀ ਤੁਹਾਨੂੰ ਲੋਕਾਂ ਦੇ ਵਿਸ਼ਵਾਸ ਨਾਲ ਜੋੜਦੀ ਹੈ ਕਿ ਤੁਸੀਂ ਉਹ ਵਿਸ਼ਵਾਸ ਦੇ ਵਿੱਚ ਖਰੇ ਉਤਰਦੇ ਹੋ ਜਾਂ ਫਿਰ ਤੁਸੀਂ ਫੇਲ ਹੁੰਦੇ ਹੋ ਲੋਕਾਂ ਦੇ ਕਾਰਨ ਤੁਹਾਨੂੰ ਅਹੁਦਾ ਮਿਲਦਾ ਔਰ ਉਸੇ ਦੇ ਵਿੱਚ ਤੁਸੀਂ ਖਰੇ ਉਤਰਨਾ ਔਰ ਮੈਨੂੰ ਲੱਗਦਾ ਕਿ ਮਾਲਵਿਕਾ ਪੂਰੀ ਤਿਆਰ ਹੈ ਉਹਦੇ ਲਈ ਔਰ ਜਿਹੜੀ ਉਹਦੀ ਸੇਵਾ ਭਾਵ ਦੇਖੀ ਆਪਾਂ ਹਮੇਸ਼ਾ ਦੇਖਿਆ ਪੰਜਾਬੀਆਂ ਦੇ ਵਿੱਚ ਖਾਸ ਕਰ ਪੰਜਾਬੀ ਜਿਹੜਾ ਲੰਗਰ ਆਪਾਂ ਕਹਿੰਦੇ ਪੰਜਾਬੀਆਂ ਨੇ ਸ਼ੁਰੂ ਕੀਤਾ ਕਿ ਲੰਗਰ ਲੱਗ ਰਿਹਾ ਅਤੇ ਇਹ ਪੰਜਾਬ ਤੋਂ ਹੀ ਇਹ ਜਿਹੜੀ ਫੀਲਿੰਗ ਸ਼ੁਰੂ ਹੋਈ ਹੈ ਸੇਵਾ ਦੀ ਦੇਣ ਭਾਵ ਦੀ ਮਦਰ ਫਾਦਰ ਤੋਂ ਅਸੀਂ ਜੋ ਵੀ ਸਿੱਖ ਪਾਏ ਤੁਸੀਂ ਸਾਰੇ ਜਾਣਦੇ ਹੋ ਸਾਨੂੰ ਅਸੀਂ ਬਿਹਤਰ ਜਾਣਦੇ ਹੋਏ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀ ਸਮਾਜ ਲਈ ਔਰ ਮੈਨੂੰ ਲੱਗਦਾ ਜਿਹੜੀ ਇਹ ਜਿਹੜੀ ਰੀਤੀ ਹੈ ਇਹ ਚੱਲਦੀ ਰਹਿਣੀ ਚਾਹੀਦੀ ਹੈ ਔਰ ਕਹਿੰਦੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਆਉਂਦੇ ਹੋ ਤਦ ਹੀ ਤੁਸੀਂ ਲੋਕਾਂ ਨੂੰ ਛੂ ਪਾਉਂਦੇ ਹੋ ਸੋ ਮੈਨੂੰ ਅੱਜ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਅਸੀਂ ਆਉਂਦੇ ਹਾਂ ਔਰ ਜਦੋਂ ਪਾਰਟੀ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਉਹ ਜਦੋਂ ਵੀ ਸਮੇਂ ਆਏਗਾ ਅਸੀਂ ਡੈਫੀਨੇਟਲੀ ਵੀ ਮੇਕ ਸ਼ੋਰ ਕਿ ਸਾਰਿਆਂ ਨੂੰ ਵਾਪਸ ਤੁਹਾਨੂੰ ਦੱਸ ਕੇ ਜ਼ਰੂਰ ਦੱਸੀਏ ਕਿ ਕੌਣ ਰਹੇਗਾ ਬਟ ਜਿਹੜੀ ਸੋਚ ਔਰ ਸੇਵਾ ਦੀ ਸਾਨੂੰ ਲੱਗੂਗਾ ਕਿ ਉਹ ਤਤਪਰ ਹੈ ਪੂਰੀ ਤਰ੍ਹਾਂ ਸੁਣੋ ਜੀ ਤੁਸੀਂ ਕੇਜਰੀਵਾਲ ਜੀ ਨਾਲ ਵੀ ਮਿਲੇ ਹੋ ਉਸ ਤੋਂ ਬਾਅਦ ਪਹਿਲਾਂ ਕੇਜਰੀਵਾਲ ਜੀ ਨਾਲ ਮਿਲੇ ਹੋ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹੁਣ ਚੰਨੀ ਸਾਹਿਬ ਨੂੰ ਵੀ ਮਿਲੇ ਹੋ ਹਲਚਲ ਬੜੀ ਤੇਜ਼ ਹੋ ਗਈ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਿਹੜੀ ਪਾਰਟੀ ਤੋਂ ਆਉਣਗੇ ਉਹੀ ਤੁਹਾਨੂੰ ਕਿਹਾ ਮੈਂ ਜਦੋਂ ਸਾਰਿਆਂ ਨੂੰ ਮਿਲਿਆ ਔਰ ਸਾਰਿਆਂ ਨੂੰ ਬੜਾ ਅੱਛਾ ਲੱਗਿਆ ਮੈਨੂੰ ਮਿਲ ਕੇ ਚੰਨੀ ਸਾਹਿਬ ਨੂੰ ਜਦੋਂ ਮਿਲਿਆ ਬੜੇ ਕਮਾਲ ਦੇ ਬੜੇ ਪੋਲਾਈਟ ਇਨਸਾਨ ਨੇ ਔਰ ਬੜਾ ਅੱਛਾ ਲੱਗਿਆ ਮੈਨੂੰ ਉਹਨਾਂ ਨਾਲ ਮੁਲਾਕਾਤ ਕਰਕੇ ਔਰ ਮੈਂ ਜਿਨ੍ਹਾਂ ਨਾਲ ਵੀ ਮਿਲਿਆ ਆਈ ਥਿੰਕ ਦੇ ਆਲ ਵੈਰੀ ਗੁੱਡ ਬਟ ਤੁਸੀਂ ਇਹ ਜ਼ਿੰਦਗੀ ਦਾ ਬਹੁਤ ਵੱਡਾ ਡਿਸੀਜਨ ਹੁੰਦਾ ਲਾਈਫ ਦਾ ਜਦੋਂ ਤੁਸੀਂ ਵੱਧਦੇ ਹੋ ਇਹ ਇੱਕ ਐਸਾ ਨਹੀਂ ਹੈ ਕਿ ਆਪਾਂ ਯੂਨੋ ਇਕੱਠੇ ਬਾਹਰ ਚਲੇ ਗਏ ਖਾਣਾ ਖਾਣ ਚਲੇ ਗਏ ਜਾਂ ਕਿਤੇ ਘੁੰਮਣ ਚਲੇ ਗਏ ਔਰ ਹੋ ਗਿਆ ਇਹ ਜ਼ਿੰਦਗੀ ਭਰ ਦਾ ਰਿਸ਼ਤਾ ਹੈ ਕਈ ਸਾਲਾਂ ਦਾ ਰਿਸ਼ਤਾ ਹੈ ਲੋਕਾਂ ਦੇ ਵਿਸ਼ਵਾਸ ਦਾ ਰਿਸ਼ਤਾ ਅਤੇ ਅਸੀਂ ਅਜੇ ਵੀ ਸੋਚ ਰਹੇ ਹਾਂ ਕਿ ਕਿਸ ਤਰ੍ਹਾਂ ਲੱਗਿਆ ਜਾਏ ਕੁਛ ਹੋਰ ਮੁਲਾਕਾਤਾਂ ਹੋਣਗੀਆਂ ਕੁਛ ਹੋਰ ਸੋਚ ਹੋਊਗੀ ਕੁਛ ਅਸੀਂ ਆਪਣੀਆਂ ਸੋਚਾਂ ਦੱਸਾਂਗੇ ਕਿ ਅਸੀਂ ਕੀ ਚਾਹੁੰਦੇ ਹਾਂ ਔਰ ਉਹ ਕਿਸ ਤਰ੍ਹਾਂ ਲੋਕਾਂ ਤੱਕ ਉਹ ਜਿਹੜੀ ਸੇਵਾ ਹੈ ਜਾਂ ਜਿਹੜੀ ਚੀਜ਼ਾਂ ਲੋਕਾਂ ਤੱਕ ਕਿੱਦਾਂ ਪਹੁੰਚਣ ਪਰ ਜਲਦ ਤੋਂ ਜਲਦ ਤੁਹਾਨੂੰ ਜ਼ਰੂਰ ਇਨਫੋਰਮ ਕੀਤਾ ਦੋਨੋਂ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਮਿਲ ਚੁੱਕੇ ਹੋ ਜੀ ਤੁਸੀਂ ਚੰਨੀ ਸਾਹਿਬ ਨੂੰ ਵੀ ਮਿਲ ਚੁੱਕੇ ਹੋ ਕੇਜਰੀਵਾਲ ਸਾਹਿਬ ਨੂੰ ਵੀ ਮਿਲ ਚੁੱਕੇ ਹੋ ਕਿਹੜੇ ਚੰਗੇ ਲੱਗੇ ਕਿਹਨਾਂ ਦੇ ਵਿਚਾਰ ਵਧੀਆ ਲੱਗੇ ਦੇਖੋ ਦੋਨੋਂ ਅੱਛੇ ਹੈ ਮੈਂ ਉਹੀ ਕਹਿੰਦਾ ਕਿ ਸੋਚ ਸਾਰਿਆਂ ਦੀ ਉਹੀ ਹੈ ਕਿ ਲੋਕਾਂ ਦਾ ਚੰਗਾ ਕੀਤਾ ਜਾਵੇ ਲੇਕਿਨ ਜਿਹੜੀ ਤੁਹਾਡੀ ਸੋਚ ਜਿਹੜੀ ਤੁਹਾਡੀ ਜ਼ਿੰਦਗੀ ਦੀ ਪਲੈਨਿੰਗ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਇਨਕੋਰਪੋਰੇਟ ਕਰ ਸਕਦੇ ਹੈ ਉਹ ਬੜਾ ਇੰਪੋਰਟੈਂਟ ਹੈ ਮੈਂ ਜਦੋਂ ਵੀ ਗੱਲ ਕਰ ਰਿਹਾ ਸਾਡਾ ਪਰਿਵਾਰ ਐਜੂਕੇਸ਼ਨ ਅਤੇ ਹੈਲਥ ਨਾਲ ਹਮੇਸ਼ਾ ਜੁੜਿਆ ਰਿਹਾ ਮੈਂ ਜਿਵੇਂ ਕੱਲ੍ਹ ਦੇਖ ਰਿਹਾ ਸੀ ਕਿ ਡੇਂਗੀ ਬੜਾ ਫੈਲਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਮੈਂ ਅਚਾਨਕ ਦੇਖਿਆ ਡੇਂਗੀ ਨਾਲ ਬੜੇ ਪਰਿਵਾਰ ਨੇ ਉਹਨਾਂ ਕੋਲ ਕੁਛ ਨਹੀਂ ਹੁੰਦੇ ਅਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਵੀ ਇਹੀ ਇਲਾਜ ਕਰ ਰਹੇ ਹਾਂ ਕਿ ਕੋਈ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਪਰਿਵਾਰ ਠੀਕ ਨਾਲ ਚੱਲਦਾ ਪੈਣਾ ਜਿਹੜਾ ਡੇਂਗੀ ਨਾਲ ਪ੍ਰਭਾਵਿਤ ਹੈ ਇਲਾਜ ਨਹੀਂ ਕਰਵਾ ਪਾਉਂਦਾ ਉਹ ਹਰ ਪਰਿਵਾਰ ਨੂੰ ਸਾਡੇ ਵੱਲੋਂ 5,000 ਰੁਪਏ ਦੀ ਰਕਮ ਹਮੇਸ਼ਾ ਦਿੱਤੀ ਜਾਏਗੀ ਉਹ ਹਸਪਤਾਲਾਂ 'ਚ ਅਸੀਂ ਦੇਵਾਂਗੇ ਉਸ ਇਲਾਜ ਦਾ ਅਸੀਂ ਕਰਾਂਗੇ ਤਾਂ ਕਿ ਉਹਨਾਂ ਨੂੰ ਤਕਲੀਫ ਨਾ ਆਏ ਕਿਉਂਕਿ ਮੈਂ ਕਈ ਪਰਿਵਾਰਾਂ ਨੂੰ ਕੱਲ੍ਹ ਦੇ ਵਿੱਚ ਮਿਲਿਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇਲਾਜ ਕਰਾਉਣ ਦੇ ਪੈਸੇ ਨਹੀਂ ਸੀ ਅਤੇ ਅਸੀਂ ਉਹ ਵੀ ਅਸੀਂ ਅਨਾਊਂਸ ਕਰਨਾ ਚਾਹੁੰਦੇ ਹਾਂ ਕਿ 5,000 ਦੀ ਰਕਮ ਹਰ ਡੇਂਗੀ ਪਰਿਵਾਰ ਜਿਹੜਾ ਕਰਾ ਰਿਹਾ ਕਿਸੇ ਵੀ ਹਸਪਤਾਲ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ
देखो लोग पंजाब का भला कर सकते, पार्टी पार्टियां सिर्फ नाम होंगे, पार्टियां वादे होंगे, पार्टियां एक सोच होंगी, पर लोग भला कर सकते। हमेशा मैं हमेशा सारे ये कहना पार्टी ना चुनो लोग चुनो। पिछले दिन ऑलमोस्ट 2 साल हो गए, 2 साल ज़्यादा लोगों को पता चला क्योंकि कोरोना से उदू पहले भी जानते कि उदू पहले भी असं बहुत करते रहे और मेरे मदर फादर भी बहुत करते रहे, लेकिन कोरोना ज़्यादा हाईलाइट है क्योंकि तकलीफा लोगों दी ज़्यादा सी। तो ये सारा ना वड्डा एग्जाम्पल से कि जरूरी नहीं है कि राजनीतिक पार्टी के आने के कारण तुम लोगों की मदद कर सकते हो। हाँ जो कि राजनीतिक पार्टी आने हो तो थोड़े प्लेटफॉर्म बढ़ जाते हैं, थोड़े एक पॉलिसीज ना एक थोड़े सिग्नेचर के नाल जिंदगी बदल जाती है। मैं हमेशा देखता कि हेल्थ केयर पंजाब दे विच बड़ा होंदा, लोगों को अज किन्ने पिंडां दे विच डिस्पेंसरियां खुलियां उत्थे कोई हुंदा ही नहीं मिलता, सरकारी हस्पताल कई बार लोग डॉक्टर्स नहीं मिलते, मेडिसिन नहीं मिलती, ये सब चीज़ें जो इन्नियां इंपॉर्टेंट ने कि वो ठीक होनी बड़ी जरूरी है। तो फिर किस तरह सर एक असी वो लोकल लीडर्स को सपोर्ट करा, मैं लगता विरोध नहीं, अपन सपोर्ट करना चाहिए हमेशा। जो दो पार्टियां लोग खड़े होंगे ने आप हमेशा कहें यार आप हमेशा दूसरे में नीचा करते हैं कि यार उन्हें की किया वो की कर सकते उन्होंने की एक्सपीरियंस है या पुराने बंद ने नहीं किया। मैंने लगता सपोर्ट करना चाहिए, मैं तो कहना सारे लीडर इकट्ठे में बाकी करना चाहिए यार, असी बी का पार्टी का बैठा ये पार्टी का बैठा ये पार्टी का बैठा असी यहाँ करना चाहते हैं, रल मिल के करना चाहते हैं। मैं जितते या हारे कोई फर्क नहीं पड़ता, जे जितते असी इन्हें ना हो जाएंगे, जे दूसरे जितते उन्हें ना हो जाए। आई थिंक ये सोच होनी बड़ी इंपॉर्टेंट है कि कोई फर्क नहीं पड़ता कौन जीते। सर मैं उन्होंने मिल लूँगा, मैं क्यों नहीं, वो भी बड़े मैं हमेशा मिलया उन्होंने दोनों टाइम, बड़े वो भी बड़े कमाल के इंसान ने और उन्होंने भी बड़ा एक्सपीरियंस उन्हों का राजनीति का, मैं जरूर मिलागा जो मैंने कहेंगे। और जो मैं सारे मैं उही कह रहा कि मैं भी ना थोड़े वर्गा ही है भाई, मैं हमेशा जो आप लोग राजनीति की गल करते हैं तो आप लोगों के अगर उपर देखने लग जाए यार वो राजनीति जा रहा है और राजनीति जा रही है या कि पार्टी जाऊगी, पर वो अपने वर्ग ही सारे लोग, मैं लगता है कि अजय आप जमीन ना छड़िए तो लोगों का भला होना शुरू हो जाएगा। उस बात कई पार्टियां तो विरोध मतलब कई बार सुन के बच्चे आए तो कहना चाहोगे। देखो मैं मेरी सोच है हमेशा आप अक्सर जो भी देखो कि 10 8 जने हमेशा खुश नहीं होंगे और इन्ना ईजी नहीं है एक बंद इन्ना काम करना है कुछ करना, पर तुम ये भी सोचते हो कि उम्मीदा ना जुड़े होंगे जो आप एक अपना रिप्रजेंटेटिव चुनते हैं अगे कि यार ये मेरा रिप्रजेंटेटिव है, ये मेरे गली महल ठीक करेगा, ये मेरी इलाज का ध्यान रखेगा, मेरी एजुकेशन का ध्यान रखेगा। वो विश्वास से आप बंद चुनते हैं, वो विश्वास माँ प्यो तो ज़्यादा विश्वास होंगे, माँ प्यो तो अपनी मदद करते क्योंकि आप उन्होंने सू जन्म दिता, लेकिन जो आप एक रिप्रजेंटेटिव चुनते हैं वो रिप्रजेंटेटिव वो होंगे जो सू एक ऐसा हेल्थ केयर सिस्टम देखे जाऊगा, जो ऐसा एजुकेशन सिस्टम देखे जाऊगा ताकि जोड़े परिवार वो चीज़ें सफ़र करते उन्होंने भी मिले। जो वो बंदा फेल हो जाता फिर अपनी जिंदगी 5 साल आप पिछे हो जाते, तो मैं वो जरूर किया कि हर बंदा जो वादा करता वो तो एक एग्रीमेंट जरूर साइन कराओ। ये कल मालविका आँदी है, मैं मालविका नहीं कहूँगा कि एग्रीमेंट साइन करके जरूर देखिए सारे कि मैं देखो ये थोड़ा वादे कर रही है, जे मैं भुली या जे मैं उस फेल हुई तो मेरे सामने तुम मैं पूछियो सवाल कि मैं कितने गलत है और मैं गाइड करियो, नहीं तो वो चाहिए जो कुर्सी मगर ना जाए कुर्सी।